ਗੁੱਡ ਈਵਨਿੰਗ एवरीवन ਸਸ਼ੀਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਸਟੂਡੈਂਟਸ ਦਾ ਐਰੂਡੀਸ਼ਨ ਸਟੱਡੀਜ਼ ਦੇ ਅਫੀਸ਼ੀਅਲ ਚੈਨਲ ਤੇ ਜਿੱਤੇ ਅਸੀਂ ਪੰਜਾਬੀ ਸਾਹਿਤ ਦੀ ਤਿਆਰੀ ਕਰ ਰਹੇ ਹਾਂ ਜੋ ਕਿ ਤੁਹਾਡੇ ਈਟੀਟੀ ਪੇਪਰ ਪਹਿਲੇ ਦੇ ਲਈ ਇੰਪੋਰਟੈਂਟ ਹੈ ਮਾਸਟਰ ਕੇਡਰ ਦੇ ਲਈ ਇੰਪੋਰਟੈਂਟ ਹੈ ਇਸ ਦੇ ਨਾਲ ਨਾਲ ਇੰਪੋਰਟੈਂਟ ਰਹੂਗਾ ਤੁਹਾਡੇ ਯੂਜੀਸੀ ਦੇ ਪੇਪਰ ਦੇ ਲਈ ਔਰ ਨਾਲ ਦੇ ਨਾਲ ਲੈਕਚਰਰ ਪੇਪਰ ਦੇ ਲਈ ਠੀਕ ਹੈ ਜਿਹੜੀ ਗੱਲ ਨੀਤਮ ਜੀ ਪੁੱਛਦੇ ਪਏ ਆ ਕਿ ਮਾਸਟਰ ਕੈਡਰ ਤੋਂ ਪਹਿਲਾਂ ਵੀ ਕੀ ਪੰਜਾਬੀ ਦਾ 100 ਨੰਬਰ ਦਾ ਪੇਪਰ ਹੋਵੇਗਾ ਤਾਂ ਇਸ ਬਾਰੇ ਜੋ ਮੈਨੂੰ ਲੱਗਦਾ ਮੈਂ ਆਪਣਾ ਸਿਰਫ ਪੁਆਇੰਟ ਆਫ View ਦੱਸਣਾ ਆ ਰਾਈਟ ਡਿਪੈਂਡ ਕਰੇਗਾ ਕੋ ਗਵਰਨਮੈਂਟ ਕੀ ਕਰਦੀ ਹੈ ਬਟ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ATT ਦੇ ਵਿੱਚ ਹੋਇਆ ਹੈ ਬਿਲਕੁਲ ਇਹ ਚੀਜ਼ ਮਾਸਟਰ ਕੈਡਰ ਵਿੱਚ ਹੋਣ ਦੇ ਬਹੁਤ ਹੀ ਜ਼ਿਆਦਾ ਹਾਈ ਚਾਂਸਸ ਨੇ ਕਿ ਤੁਹਾਨੂੰ ਉਹਦੇ ਤੋਂ ਪਹਿਲਾਂ ਵੀ 100 ਮਾਰਕਸ ਦਾ ਪੰਜਾਬੀ ਦਾ ਪੇਪਰ ਆਏਗਾ 올라이ਟ ਤਾਂ ਤੁਸੀਂ ਇਹ ਆਪਣੇ ਮਾਈਂਡ ਦੇ ਵਿੱਚ ਸੈੱਟ ਕਰਕੇ ਰੱਖੋ ਕਿ ਇਹ ਨਿਊਜ਼ ਤੁਹਾਨੂੰ ਜਲਦੀ ਹੀ ਮਿਲ ਜੂਗੀ ਜੋ ਮੈਨੂੰ ਲੱਗਦਾ ਹੈ ਰਾਈਟ ਆਮ ਡੂਇੰਗ ਗੁੱਡ ਨਿਤੂ ਜੀ ਹਾਊ ਆਰ ਯੂ ਠੀਕ ਹੈ ਤਾਂ ਇਸ ਲਈ ਪਲੀਜ਼ ਤੁਸੀਂ ਆਪਣੀ ਤਿਆਰੀ ਉਸੇ ਹਿਸਾਬ ਦੇ ਨਾਲ ਕਰੋ ਕਿ ਪੰਜਾਬੀ ਨਹੀਂ ਤਾਂ ਨੌਕਰੀ ਨਹੀਂ ਵਾਲਾ ਕੰਮ ਹੋਣਾ ਹੈ ਹੁਣ ਇਸ ਲਈ ਪਲੀਜ਼ ਪੰਜਾਬੀ ਨੂੰ ਬਹੁਤ ਸੀਰੀਅਸਲੀ ਲੈ ਕੇ ਚੱਲੋ ਸ਼ਾਇਦ ਉਹ ਵੀ ਟਾਈਮ ਦੂਰ ਨਹੀਂ ਹੋਣਾ ਜਦੋਂ ਉਮ ਲਾਈਕ ਇਹ ਹੋ ਜੂਗਾ ਕਿ ਪੰਜਾਬ ਮਤਲਬ ਪੰਜਾਬ ਦਾ ਕੋਈ ਵੀ ਪੇਪਰ ਦੇਣਾ ਹੈ ਤਾਂ ਤੁਹਾਨੂੰ ਪੰਜਾਬੀ ਪਾਸ ਕਰਨੀ ਪੈਣੀ ਪਹਿਲਾਂ ਇਹ ਵਾਲਾ 100 ਮਾਰਕਸ ਵਾਲਾ ਇਗਜ਼ਾਮ ਠੀਕ ਹੈ ਬਹੁਤ ਜਲਦੀ ਇਹ ਹੋਊਗਾ ਓਕੇ ਚਲੋ ਸ਼ੁਰੂ ਕਰਦੇ ਆ ਅੱਜ ਦੇ ਰਚਨਾਕਾਰ ਜੋ ਕਿ ਸ਼ਾ ਮੁਹੰਮਦ ਹੈਗੇ ਨੇ ਉਹਨਾਂ ਦੇ ਬਾਰੇ ਦੇ ਵਿੱਚ ਜਿਹੜੇ ਸਟੂਡੈਂਟਸ ਪਹਿਲੀ ਵਾਰੀ ਸੈਸ਼ਨ ਦੇਖ ਰਹੇ ਆ ਉਹ ਡੇਲੀ 8 ਵਜੇ ਲਾਈਵ ਸੈਸ਼ਨ ਦੇ ਨਾਲ ਜੁੜ ਸਕਦੇ ਹੈਗੇ ਆ ਓਕੇ ਸਾਡਾ ਮੰਡੇ ਤੋਂ ਲੈ ਕੇ ਔਰ ਸੈਟਰਡੇ ਤੱਕ ਹੀ ਕਲਾਸ ਹੁੰਦੀ ਹੈ ਸੰਡੇ ਦੇ ਸੰਡੇ ਆਫ ਰਹਿੰਦਾ ਓਕੇ ਐਂਡ ਅਗਰ ਤੁਸੀਂ ਪਿਛਲੇ ਲੈਕਚਰ ਦੇਖਨੇ ਆ ਜਿਹਦੇ ਵਿੱਚ ਅਸੀਂ ਆਧੁਨਿਕ ਕਾਬੀਰ ਕਾਬ ਗੁਰਮਤ ਕਾਬ ਇਹ ਸਾਰੇ ਕਵਰ ਕਰ ਚੁੱਕੇ ਆ ਸੂਫੀ ਕਾਬ ਵਗੈਰਾ ਤਾਂ ਤੁਸੀਂ ਉਹਦੇ ਲਈ ਪਲੇਲਿਸਟ ਦੇ ਵਿੱਚ ਚਲੇ ਜਾਣਾ ਤੁਹਾਨੂੰ ਪਲੇਲਿਸਟ ਦੇ ਵਿੱਚ ਸਾਰੇ ਦੇ ਸਾਰੇ ਸੈਸ਼ਨ ਜਿਹੜੇ ਹੈਗੇ ਆ ਆਲਰੇਡੀ ਕਰਵਾਏ ਹੋਏ ਮਿਲ ਜਾਣਗੇ ਓਕੇ ਚਲੋ ਅੱਜ ਦਾ ਸੈਸ਼ਨ ਸ਼ੁਰੂ ਕਰਦੇ ਆ ਬੀਰ ਕਾਬ ਸ਼ਾ ਮੁਹੰਮਦ ਦੇ ਬਾਰੇ ਵਿੱਚ ਮਾਸਟਰ ਕੇਟਰ ਵਾਲੇ ਬੱਚੇ ਪਲੀਜ਼ ਨੋਟ ਕਰਦੇ ਜਾਣਾ ਜਿਹੜੇ ਜਿਹੜੇ ਆਪਾਂ ਵਿੱਚੋਂ ਦੀ ਸਕਿਪ ਕਰ ਰਹੇ ਆ ਕਿਉਂਕਿ ਐਟ ਪ੍ਰੈਜ਼ੈਂਟ ਸਾਡਾ ਮੇਨ ਫੋਕਸ ਹੈਗਾ ਕਿ ਈਟੀਟੀ ਦੇ ਪੇਪਰ ਦੀ ਡੇਟ ਆ ਚੁੱਕੀ ਹੈ ਤਾਂ ਪਹਿਲਾਂ ਉਹ ਵਾਲਾ ਸਿਲੇਬਸ ਕਵਰ ਕਰਵਾ ਦਿੱਤਾ ਜਾਏ ਠੀਕ ਹੈ ਤਾਂ ਈਟੀਟੀ ਦੇ ਵਿੱਚ ਹੀ ਸ਼ਾਹ ਮੁਹੰਮਦ ਹੈਗੇ ਨੇ ਬੀਰ ਕਾਬ ਦੇ ਵਿੱਚ ਤਾਂ ਪੜ੍ਹਨਾ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਦੇਖਾਂਗੇ ਤੁਹਾਡੇ ਸਾਹਮਣੇ ਸ਼ਾਹ ਮੁਹੰਮਦ ਨੂੰ ਕੀ ਕਿਹਾ ਜਾਂਦਾ ਹੈ ਕੌਮੀ ਕਵੀ ਰਾਸ਼ਟਰੀ ਕਵੀ ਦੇਸ਼ ਪਿਆਰ ਦਾ ਕਵੀ ਜਾਂ ਫਿਰ ਸਾਰੇ ਬੱਚਾ ਤੁਸੀਂ ਕਿਸ ਨਾਮ ਤੋਂ ਪੇ ਕੀਤਾ ਹੈ ਪਲੀਜ਼ ਦੱਸਣਾ ਕਿਉਂਕਿ ਅਗਰ ਪੇ ਕਰ ਦਿੱਤਾ ਹੋਇਆ ਤਾਂ ਅੱਜ 3 ਸਟੂਡੈਂਟ ਨੇ ਪੇ ਕੀਤਾ ਮੈਂ ਤਿੰਨਾਂ ਨੂੰ ਹੀ ਲਿੰਕ ਭੇਜ ਦਿੱਤੇ ਆ ਅਗਰ ਤੁਹਾਡਾ ਮੈਨੂੰ ਪਲੀਜ਼ ਇੱਕ ਵਾਰੀ ਨਾਮ ਦੱਸ ਦੇਣਾ ਕਿ ਕਿਸ ਨਾਮ ਤੋਂ ਹੈ ਗਿਆ ਠੀਕ ਹੈ ਜੀ ਗੁੱਡ ਪਹਿਲੇ ਦੇ ਲਈ ਆਨਸਰ ਬਿਲਕੁਲ ਠੀਕ ਹੈ ਗਿਆ ਇਹਦੇ ਵਿੱਚ ਆਏਗਾ ਸਾਰੇ ਦੇ ਸਾਰੇ ਕਿਉਂਕਿ ਦੇਖੋ ਇਹਨਾਂ मीनिंग ਤਾਂ ਇੱਕੋ ਹੀ ਬੰਦਾ ਹੈ ਨਾ ਕਿ ਜਿਹੜਾ ਇੰਡੀਆ ਦੇ ਬਾਰੇ ਵੀ ਸੋਚਦਾ ਹੋਵੇ ਰਾਈਟ ਰਾਸ਼ਟਰ ਵੀ ਉਹੀ ਆ ਕੌਮ ਵੀ ਉਹੀ ਹੋ ਗਿਆ ਦੇਸ਼ ਪਿਆਰ ਵੀ ਉਹੀ ਹੋ ਗਿਆ ਰਾਈਟ ਤਨਾ ਜਿਹੜੇ ਅਬਦੁੱਲ ਗਫੂਰ ਕੁਰੇਸ਼ੀ ਹੈਗੇ ਆ ਉਹਨਾਂ ਨੇ ਕਿਹਾ ਸੀਗਾ ਕਿ ਸ਼ਾ ਮੁਹੰਮਦ ਕੀ ਹੈ ਇੱਕ ਕੌਮੀ ਕਵੀ ਹੈਗਾ ਠੀਕ ਹੈ ਇਹ ਕਿਹਾ ਕਿਉਂ ਗਿਆ ਜਦੋਂ ਅਸੀਂ ਸ਼ਾ ਮੁਹੰਮਦ ਦੀ ਰਚਨਾ ਪੜ੍ਹਦੇ ਆ ਤਾਂ ਸਾਨੂੰ ਪਤਾ ਚੱਲਦਾ ਹੈ ਇਹਨਾਂ ਨੇ ਅੰਗਰੇਜ਼ੀ ਰਾਜ ਦੇ ਖਿਲਾਫ ਬਹੁਤ ਜ਼ਿਆਦਾ ਲਿਖਿਆ ਕਿਉਂਕਿ ਅੰਗਰੇਜ਼ਾਂ ਦੇ ਅਸੀਂ ਗੁਲਾਮ ਹੁੰਦੇ ਸੀ ਤਾਂ ਇਹ ਅੰਗਰੇਜ਼ੀ ਰਾਜ ਦੇ ਨਾਲ ਨਫ਼ਰਤ ਕਰਦੇ ਸੀ ਠੀਕ ਹੈ ਇਸ ਦਾ ਮਤਲਬ ਇਸ ਦੇ ਆਪੋਜੀਟ ਕੀ ਹੋਏਗਾ ਅੰਗਰੇਜ਼ਾਂ ਨਾਲ ਨਫ਼ਰਤ ਹੈ ਤਾਂ ਇਸ ਦਾ ਮਤਲਬ ਦੇਸ਼ ਪਿਆਰ ਦੀ ਭਾਵਨਾ ਹੋਏਗੀ ਰਾਸ਼ਟਰੀਅਤਾ ਦੀ ਭਾਵਨਾ ਹੋਏਗੀ ਕੌਮੀ ਕਵੀ ਹੋਣਗੇ ਰਾਈਟ ਇਸ ਕਰਕੇ ਇਹਨਾਂ ਨੂੰ ਬੋਲਿਆ ਜਾਂਦਾ ਆ ਰਾਸ਼ਟਰੀ ਕਵੀ ਕੌਮੀ ਕਵੀ ਔਰ ਦੇਸ਼ ਪਿਆਰ ਦਾ ਕਵੀ ਓਕੇ ਅੱਗੇ ਚੱਲਦੇ ਆ ਪ੍ਰਸ਼ਨ ਨੰਬਰ 2 ਦੇ ਲਈ ਸ਼ਾਹ ਮੁਹੰਮਦ ਨੂੰ ਕਿਹਾ ਜਾਂਦਾ ਹੈ 18ਵੀਂ 19ਵੀਂ ਸਦੀ ਦਾ ਕਵੀ ਮੱਧ ਕਾਲ ਦਾ ਕਵੀ ਦੋਨੋਂ ਜਾਂ ਇਹਨਾਂ ਦੇ ਵਿੱਚੋਂ ਕੋਈ ਨਹੀਂ डियर मेनू प्लीज ਤੁਹਾਡਾ ਨਾਮ ਦੱਸ ਦੋਗੇ ਕਿਮ ਵਾਈਟੀ ਜੋ ਮੈਨੂੰ ਸ਼ੋ ਹੋ ਰਿਹਾ ਇੱਥੇ ਰਿਕੁਇਰਮੈਂਟ ਆਪਣਾ ਨਾਮ ਦੱਸ ਦੇਣਾ ਐਂਡ ਅਗਰ ਤੁਸੀਂ ਪੇ ਕੀਤਾ ਤਾਂ ਤੁਹਾਡੇ ਕੋਲ ਮੇਰਾ ਵਟਸਐਪ ਨੰਬਰ ਆ ਗਿਆ ਹੋਣਾ ਤੁਸੀਂ ਉਹਦੇ ਤੇ ਇੱਕ ਵਾਰੀ ਕਾਲ ਕਰ ਦੇਣਾ ਨਿਰਮਲ ਜੀ ਆ ਨਿਰਮਲ ਜੀ ਤੁਹਾਡੇ ਟੀਚਮੈਂਟ ਦੇ ਉੱਪਰ ਰਿਕੁਐਸਟ ਕਿਹੜੇ ਨਾਮ ਤੋਂ ਹੈ ਸੌਰੀ ਅੱਜ ਤੁਹਾਨੂੰ ਥੋੜਾ ਜਿਹਾ ਕੋਲਡ ਦਾ ਸਾਹਮਣਾ ਕਰਨਾ ਪੈਣਾ ਓਕੇ ਬਿਲਕੁਲ ਠੀਕ ਹੈ ਦੂਸਰੇ ਦੇ ਲਈ ਆਨਸਰ ਆ ਜਾਏਗਾ ਸੀ ਓਕੇ ਦੇਖੋ ਐਂ ਤਾਂ ਇਹ ਤਾਂ ਸਾਨੂੰ ਪਤਾ ਹੀ ਹੈਗਾ ਆ ਕਿ 18ਵੀਂ 19ਵੀਂ ਸਦੀ ਦੇ ਕਵੀ ਹੈਗੇ ਨੇ ਰਾਈਟ ਉਸ ਦੇ ਨਾਲ ਨਾਲ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲੀ ਮੰਨੇ ਜਾਂਦੇ ਆ ਇਹ ਹਾਸ਼ਮ ਸ਼ਾਹ ਦੇ ਵੀ ਸਮਕਾਲੀ ਮੰਨੇ ਜਾਂਦੇ ਨੇ ਠੀਕ ਹੈ ਇਸ ਕਰਕੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਹਨ ਹਾਸ਼ਮ ਸ਼ਾਹ ਦਾ ਜਿਹੜਾ ਟਾਈਮ ਆ ਗਿਆ ਉਹ ਮੱਧ ਕਾਲ ਵਾਲਾ ਆ ਗਿਆ ਨਾ ਇਸ ਕਰਕੇ ਇਹਨਾਂ ਨੂੰ ਮੱਧ ਕਾਲ ਦਾ ਕਵੀ ਵੀ ਕਿਹਾ ਜਾਂਦਾ ਹੈ ਠੀਕ ਹੈ ਜੀ ਅ ਬੱਚਾ ਤੁਸੀਂ ਮੈਨੂੰ ਇੱਕ ਵਾਰ WhatsApp ਕਰਨਾ ਕਲਾਸ ਤੋਂ ਬਾਅਦ ਓਕੇ ਅੱਗੇ ਚੱਲਦੇ ਆਂ ਤੀਸਰਾ ਪੰਜਾਬੀ ਦਾ ਸਭ ਤੋਂ ਪਹਿਲਾ ਜੰਗਨਾਮਾ ਕਿਸ ਨੇ ਲਿਖਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੁਕਬਲ ਨਜ਼ਾਬਤ ਸ਼ਾ ਮੁਹੰਮਦ ਪ੍ਰਸ਼ਨ ਨੰਬਰ 3 ਦੇ ਲਈ ਆਨਸਰ ਕਰੋ ਪਲੀਜ਼ ਪੰਜਾਬੀ ਦਾ ਸਭ ਤੋਂ ਪਹਿਲਾ ਜੰਗਨਾਮਾ ਕਿਸ ਨੇ ਲਿਖਿਆ ਹਾਂਜੀ ਵੈਰੀ ਗੁੱਡ 3 ਦੇ ਲਈ ਸ਼ਾਬਾਸ਼ ਬਿਲਕੁਲ ਸਹੀ ਉੱਤਰ ਆ ਰਿਹਾ ਆ ਇਹ ਲਿਖਿਆ ਗਿਆ ਸੀਗਾ ਮੁਕਬਲ ਦੇ ਵੱਲੋਂ ਠੀਕ ਹੈ ਜੀ ਦੇਖੋ ਮੈਨ ਤੁਹਾਨੂੰ ਹੁਣੇ ਕੀ ਕਹਾਂ ਸੀਗਾ ਕਿ ਜਿਹੜੇ ਸ਼ਾ ਮੁਹੰਮਦ ਸੀ ਇਹ ਹੈਗੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲੀ ਹੈਨਾ ਈਵਨ ਇਹ ਵੀ ਕਿਹਾ ਜਾਂਦਾ ਆ ਕਿ ਜਿਹੜਾ ਇਹਨਾਂ ਦਾ ਜੰਗਨਾਮ ਹੈ ਜਦੋਂ ਤੁਸੀਂ ਇਹਨਾਂ ਨੂੰ ਪੜੋਗੇ ਤਾਂ ਉਹਦੇ ਵਿੱਚ ਕੀ ਪਤਾ ਚੱਲਦਾ ਹੈ ਜਿਹੜੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਭ ਤੋਂ ਆਖਰੀ ਗੱਦੀਦਾਰ ਸੀ ਕੌਣ ਸੀਗੇ ਮਹਾਰਾਜਾ ਦਲੀਪ ਸਿੰਘ ਜੀ ਇਹ ਤਾਂ ਆਪਾਂ ਨੂੰ ਸਭ ਨੂੰ ਹੀ ਪਤਾ ਹੈ ਰਾਈਟ ਤਾਂ ਮਹਾਰਾਜਾ ਦਲੀਪ ਸਿੰਘ ਦੀ ਜਦੋਂ ਗੱਦੀ ਮਿਲੀ ਸੀ ਉਹਨਾਂ ਨੂੰ ਹੈਨਾ ਉਸ ਦਾ ਵੀ ਵਰਣਨ ਜਿਹੜਾ ਹੈਗਾ ਇਹ ਆਪਣੇ ਜੰਗਨਾਮੇ ਦੇ ਵਿੱਚ ਕਰਦੇ ਨੇ ओके ਕਿ ਉਹਨਾਂ ਨੂੰ ਤਿਲਕ ਕਿਸ ਤਰ੍ਹਾਂ ਕੀਤਾ ਗਿਆ ਰਾਜਾ ਧਿਆਨ ਚੰਦ ਨੇ ਕਿਸ ਤਰ੍ਹਾਂ ਉਹਨਾਂ ਨੂੰ ਧਿਆਨ ਸਿੰਘ ਨੇ ਸੋਰੀ ਉਹਨਾਂ ਨੂੰ ਖੂਨ ਦੇ ਨਾਲ ਤਿਲਕ ਕੀਤਾ ਸੀ ਯਾਨੀ ਸਾਰਾ ਕੁਝ ਉਹਦੇ ਸਾਹਮਣੇ ਪੇਸ਼ ਕਰ ਦੇਣੀ ਹੈ ओके ਤੇ ਪੰਜਾਬੀ ਦਾ ਸਭ ਤੋਂ ਪਹਿਲਾ ਜੰਗਨਾਮਾ ਮੁਕਬਲ ਲਿਖੇਗਾ ਅੱਗੇ ਚਲਦੇ ਆ ਪ੍ਰਸ਼ਨ ਨੰਬਰ 4 ਦੇ ਲਈ ਸ਼ਾਹ ਮੁਹੰਮਦ ਦੀ ਰਚਨਾ ਦੱਸੋ ਸੱਸੀ ਪੁੰਨੂ ਹੀਰ ਰਾਂਝਾ ਸੋਨੀ ਮਹੀਵਾਲ ਪੁਰਨ ਪਗਤ ਹਾਂਜੀ ਰਮਨ ਜੀ ਹੁਣ ਤੁਹਾਡੇ ਆਨਸਰ ਜ਼ਿਆਦਾ ਸਹੀ ਹੋਣ ਲੱਗ ਗਏ ਹੈ ਹੈਨਾ ਵੈਰੀ ਗੁੱਡ ਚਲੋ ਚੌਥੇ ਦੇ ਲਈ ਆਨਸਰ ਕਰੋ ਸ਼ਾ ਮੁਹੰਮਦ ਦੀ ਰਚਨਾ ਕਿਹੜੀ ਹੈ ਇਹਨਾਂ ਵਿੱਚੋਂ ਸ਼ਾਬਾਸ਼ ਹੂੰਹ ਯੈਸ ਚੌਥੇ ਦੇ ਲਈ ਸ਼ਾਬਾਸ਼ ਜਿਨ੍ਹਾਂ ਨੇ ਵੀ ਇਹ ਆਨਸਰ ਕੀਤਾ ਮਤਲਬ ਸੱਸੀ ਪੁੰਨੂ ਦੇਖੋ ਤੁਸੀਂ ਸ਼ਾ ਮੁਹੰਮਦ ਪੜ੍ਹ ਰਹੇ ਹੋ ਬੀਰ ਕਾਬ ਦੇ ਵਿੱਚ ਬੀਰ ਕਾਬ ਦੇ ਵਿੱਚ ਤਾਂ ਅਸੀਂ ਇੱਕ ਹੀ ਚੀਜ਼ ਯਾਦ ਰੱਖਣੀ ਹੈ ਉਹ ਹੈ ਇਹਨਾਂ ਦੀ ਰਚਨਾ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਠੀਕ ਹੈ ਤੇ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਤੋਂ ਬਿਨਾ ਇਹਨਾਂ ਨੇ ਸੱਸੀ ਪੁੰਨੂ ਕਿਸੇ ਦੀ ਵੀ ਰਚਨਾ ਕੀਤੀ ਸੀ ਓਕੇ ਪਰ ਜੇ ਪੁੱਛਿਆ ਜਾਏ ਪ੍ਰਸਿੱਧੀ ਕਿਸ ਨਾਲ ਮਿਲੀ ਜਾਂ ਫਿਰ ਇਹਨਾਂ ਦੀ ਸ਼ਾਹਕਾਰ ਰਚਨਾ ਕਿਹੜੀ ਹੈ ਤਾਂ ਉਦੋਂ ਤੁਸੀਂ ਸੱਸੀ ਪੁੰਨੂ ਬਿਲਕੁਲ ਵੀ ਆਨਸਰ ਨਹੀਂ ਲਗਾਓਗੇ ਰਾਈਟ ਫੇਰ ਆਨਸਰ ਕੀ ਆਏਗਾ ਫੇਰ ਆਏਗਾ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਹਾਂਜੀ ਬਿਲਕੁਲ ਬਿਲਕੁਲ ਨਿਰਮਲ ਜੀ ਇਦਾਂ ਹੀ ਕਰਨਾ ਤੁਸੀਂ ਮੈਨੂੰ ਨਾ ਪਲੀਜ਼ ਵਟਸਐਪ ਕਰ ਦੇਣਾ ओके okay? बिल्कुल ससीपुन्नो एना दी इतनी ज्यादा फेमस ਨਹੀਂ ਹੋਈ ਪ੍ਰਸਿੱਧੀ ਜੰਗਨਾਮੇ ਕਰਕੇ ਮਿਲੀ ਐ ਓਕੇ ਤੇ ਕਹਿੰਦੇ ਕਿ ਜਦੋਂ ਇਹ ਰਚਨਾ ਕੀਤੀ ਸੀ ਉਹਦਾ 70 ਸਾਲ ਇਹਨਾਂ ਦੀ ਏਜ ਹੁੰਦੀ ਸੀ ਮਤਲਬ ਕਿ ਐਨਾ ਬਜ਼ੁਰਗ ਹੁੰਦੇ ਸੀਗੇ ਜਦੋਂ ਇਹਨਾਂ ਨੇ ਜੰਗਨਾਮਾ ਲਿਖਿਆ ਤੇ ਜੰਗਨਾਮਾ ਇਹਨਾਂ ਨੇ ਲਿਖਿਆ ਕਿਹਦੇ ਕਰਕੇ ਆ ਦੋਸਤਾਂ ਦੀ ਫਰਮਾਇਸ਼ ਕਰਕੇ ਉਹਨਾਂ ਨੇ ਲਿਖਿਆ ਸੀ ਓਕੇ ਅੱਗੇ ਚੱਲਦੇ ਆ ਪ੍ਰਸ਼ਨ ਨੰਬਰ 5 ਸ਼ਾਹ ਮੁਹੰਮਦ ਨੇ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਨੂੰ ਕੀ ਕਿਹਾ ਜੀ ਆਈ ਐਮ ਫਰੋਮ ਮੁਹਾਲੀ ਚੰਡੀਗੜ੍ਹ ਹਾਂਜੀ ਜੰਗ ਭਾਰਤ ਪੰਜਾਬ ਜੰਗ ਹਿੰਦ ਪੰਜਾਬ ਦੋਨੋਂ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਪ੍ਰਸ਼ਨ ਨੰਬਰ 5 ਦੇ ਲਈ ਆਨਸਰ ਕਰੋ ਕੀ ਹੈ ਅਮ ਅਨੀਸ਼ਾ ਜੀ ਆਪਾਂ ईटीटी ਦਾ ਹੀ ਸਿਲੇਬਸ ਕਵਰ ਕਰਵਾ ਰਿਆ ਇਹਨਾਂ ਦਿਨਾਂ ਦੇ ਵੀ ਜਿਹੜਾ ਬੈਚ ਚੱਲ ਰਿਹਾ ਨਾ ਇਹ ਵਾਲਾ ਹੁਣ ਇਹ ईटीटी ਦਾ ਹੀ ਚੱਲ ਰਿਹਾ ਠੀਕ ਹੈ ਡੇਲੀ 8 ਵਜੇ ਓਕੇ ਪੰਜਵੇਂ ਦੇ ਲਈ ਆਨਸਰ ਤੁਸੀਂ ਲਗਾ ਰਹੇ ਹੋ ਸੀ ਐਂਡ ਬੀ ਜਿਨ੍ਹਾਂ ਨੇ ਬਹੁਤ ਧਿਆਨ ਨਾਲ ਪੜਿਆ ਹੋਵੇਗਾ ਉਹਨਾਂ ਨੇ ਡੈਫੀਨਿਟਲੀ ਇਸ ਦਾ ਆਨਸਰ ਬੀ ਹੀ ਲਗਾਇਆ ਹੋਵੇਗਾ ਮਤਲਬ ਜੰਗ ਹਿੰਦ ਪੰਜਾਬ ਰਾਈਟ ਇਹ ਤਾਂ ਇਹਨਾਂ ਨੇ ਬੋਲਿਆ ਐਦੇ ਤੋਂ ਬਿਨਾ ਕੁਝ ਹੋਰ ਨਾਮ ਵੀ ਹੈਗੇ ਆ ਜਿਹੜੇ ਸਾਨੂੰ ਇਸ ਜੰਗ ਨਾਮੇ ਦੇ ਯਾਦ ਰੱਖਣੇ ਚਾਹੀਦੇ ਆ ਪਹਿਲਾ ਇਹਨੂੰ ਬੋਲਿਆ ਜਾਂਦਾ ਹੈ ਜੰਗ ਹਿੰਦ ਪੰਜਾਬ ਦਾ ਦੂਸਰਾ ਇਹਨੂੰ ਕੀ ਬੋਲਦੇ ਆ ਵਾਰ ਸ਼ਾ ਮੁਹੰਮਦ ਦੇਖੋ ਇੱਥੇ ਮੈਂ ਜੰਗ ਨਾਮਾ ਸ਼ਾ ਮੁਹੰਮਦ ਨਹੀਂ ਬੋਲ ਰਹੀ ਇੱਥੇ ਮੈਂ ਬੋਲ ਰਹੀ ਆ ਵਾਰ ਸ਼ਾ ਮੁਹੰਮਦ ਠੀਕ ਹੈ ਤੀਸਰਾ ਇਸ ਦਾ ਨਾਮ ਹੈਗਾ ਜੰਗ ਸਿੰਘਾਂ ਤੇ ਅੰਗਰੇਜ਼ਾਂ ਤੇ ਸਾਰੇ ਦੇ ਸਾਰੇ ਨਾਮ ਕਿਹਦੇ ਮਿਲਦੇ ਹੈਗੇ ਆ ਸ਼ਾ ਮੁਹੰਮਦ ਦੇ ਜੰਗਨਾਮਾ ਸਿੰਘਾਂ ਤੇ ਫਿਰੰਗੀਆਂ ਦੇ ਓਕੇ ਛੇਵਾਂ ਪ੍ਰਸ਼ਨ ਦੇਖਦੇ ਆ ਇਸ ਜੰਗਨਾਮੇ ਵਿੱਚ ਇਹ ਕੀ ਲਿਖਿਆ ਗਿਆ ਮੇਰੇ ਕੋਲ ਇਹ ਆਏਗਾ ਕਿਸ ਬੰਦ ਤੋਂ ਅਸਲੀ ਘਟਨਾ ਦਾ ਚਿੱਤਰ ਸ਼ੁਰੂ ਹੁੰਦਾ ਹੈ ਮਤਲਬ ਚਿੱਤਰਣ ਓਕੇ ਦੂਸਰੇ ਪੰਜਵੇਂ ਸੱਤਵੇਂ ਜਾਂ ਫਿਰ ਨੌਵੇਂ ਛੇਵੇਂ ਪ੍ਰਸ਼ਨ ਲਈ ਦੱਸੋ ਅਸਲੀ ਘਟਨਾ ਕਿਹੜੇ ਬੰਦ ਤੋਂ ਸ਼ੁਰੂ ਹੁੰਦੀ ਹੈ हां जी बिल्कुल डियर पूरी ट्राई ਹੋਏਗੀ ਕਿ ਸਾਰੇ ਸਾਰਾ ਸਿਲੇਬਸ ਕਰਵਾਇਆ ਜਾਏ 6ਵੇਂ ਦੇ ਲਈ ਆਨਸਰ ਬੀ ਆ ਗਿਆ ਹੈ ਮਤਲਬ ਕਿ ਪੰਜ ਬਿਲਕੁਲ ਸਹੀ ਉੱਤਰ ਹੈ ਗਿਆ ਇੰਦੇ ਚ ਟੋਟਲ ਜਿਹੜੇ ਬੰਦ ਹੈ ਉਹ ਤਾਂ ਤੁਹਾਨੂੰ ਮਿਲਨੇ ਆ 105 ਅਸਲੀ ਘਟਨਾ ਦਾ ਚਿੱਤਰਣ ਤੁਹਾਨੂੰ ਮਿਲੇਗਾ ਪੰਜਵੇਂ ਤੋਂ ਠੀਕ ਹੈ ਜੀ ਓਕੇ ਅੱਗੇ ਹੈ ਪ੍ਰਸ਼ਨ ਨੰਬਰ 7 ਜੰਗਨਾਮੇ ਵਿੱਚ ਸ਼ਾਹ ਮੁਹੰਮਦ ਨੇ ਅੰਗਰੇਜ਼ਾਂ ਨੂੰ ਕੀ ਕਿਹਾ ਪਹਿਲੀ ਜਾਤ ਦੂਜੀ ਜਾਤ ਤੀਜੀ ਜਾਤ ਚੌਥੀ ਜਾਤ ਇਸ ਤੋਂ ਸੋਖਾ ਪ੍ਰਸ਼ਨ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਬਣਾ ਹੀ ਨਹੀਂ ਸਕਦੀ ਸਭ ਤੋਂ ਈਜ਼ੀ ਮਤਲਬ ਐਦਾਂ ਲੱਗਦਾ ਹੈ ਕਿ ਚੰਡੂ ਬਾਮ ਨਹੀਂ ਹੁੰਦਾ ਕੁਐਸਚਨ ਐਦਾਂ ਦਾ ਕਿ ਇਹ ਤਾਂ ਆਪਸ਼ਨ ਦੇਖ ਕੇ ਪਤਾ ਚੱਲ ਜਾਣਾ ਚਾਹੀਦਾ ਕਿ ਆਨਸਰ ਹੋਏਗਾ 7ਵੇਂ ਦੇ ਲਈ ਹੈਨਾ ਚਲੋ ਦੱਸੋ ਫਿਰ ਕੀ ਆਨਸਰ ਹੋਏਗਾ 7ਥ ਦੇ ਲਈ ਵੈਰੀ ਗੁੱਡ ਇਹ ਸੀਗਾ ਤੀਜੀ ਜਾ ਠੀਕ ਹੈ ਯਾਨੀ ਕਿ 7ਵੇਂ ਦਾ ਆਨਸਰ ਆ ਗਿਆ ਸਾਡੇ ਕੋਲੋਂ ਸੀ ਓਕੇ ਬਿਲਕੁਲ ਸਹੀ ਹੈ ਇਹ ਤੀਜੀ ਜਾਤ ਕਿਉਂ ਕਹਿੰਦੇ ਆ ਇਹ ਬੋਲਦੇ ਹੁੰਦੇ ਸੀਗੇ ਰਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ ਸਿਰ ਦੋਹਾ ਉੱਤੇ ਆਫਤ ਆਈ ਸ਼ਾ ਮੁਹੰਮਦਾ ਵਿੱਚ ਪੰਜਾਬ ਦੇ ਸੀ ਕਦੇ ਨਹੀਂ ਤੀਸਰੀ ਜਾਤ ਆਈ ਯਾਨੀ ਕਿ ਇਹ ਕਹਿੰਦੇ ਆ ਕਿ ਜਿਹੜੇ ਮੁਸਲਮਾਨ ਹੁੰਦੇ ਸੀ ਤੇ ਹਿੰਦੂ ਹੁੰਦੇ ਸੀ ਇਹ ਦੋਨੋਂ ਜਾਤਾਂ ਆਪਸ ਦੇ ਵਿੱਚ ਮਿਲ ਜੁਲ ਕੇ ਰਹਿੰਦੀਆਂ ਸੀ ਆਪਸ ਵਿੱਚ ਪੇਰਮ ਪਿਆਰ ਨਾਲ ਰਹਿੰਦੀਆਂ ਸੀ ਬੜੀਆਂ ਖੁਸ਼ ਸੀ ਰਾਈਟ ਤੇ ਕਦੀ ਵੀ ਕੋਈ ਤੀਸਰੀ ਜਾਤ ਨੇ ਪੰਜਾਬ ਚ ਐਂਟਰ ਹੀ ਨਹੀਂ ਕੀਤਾ ਪਰ ਤੀਸਰੀ ਜਾਤ ਬਣ ਕੇ ਕੌਣ ਆਂਦੇ ਨੇ ਅੰਗਰੇਜ਼ ਆਂਦੇ ਨੇ ਜੋ ਕਿ ਫਿਰ ਇਹਨਾਂ ਨੂੰ ਖਤਮ ਹੀ ਕਰ ਦਿੰਦੇ ਆ ਓਕੇ ਇਹਨਾਂ ਦੇ ਉੱਪਰ ਪੂਰੀ ਤਰ੍ਹਾਂ ਆਪਣਾ ਹੱਕ ਜਮਾ ਕੇ ਰੱਖਦੇ ਆ ਅੱਗੇ 8ਵਾਂ ਸ਼ਾ ਮੁਹੰਮਦ ਦੇ ਜੰਗਨਾਮੇ ਵਿੱਚ ਕਿਸ ਭਾਸ਼ਾ ਦਾ ਪ੍ਰਭਾਵ ਵਧੇਰੇ ਦੇਖਣ ਨੂੰ ਮਿਲਦਾ ਹੈ ਡੋਗਰੀ ਮਾਜੀ ਦੁਆਬੀ ਮਲਵਈ ਸ਼ੇਅਰ ਕਰ ਦੇਣਾ ਆਪਣੇ ਫਰੈਂਡ ਸਰਕਲ ਦੇ ਵਿੱਚ ਓਕੇ ਹੂੰ ਬਿਲਕੁਲ ਬਿਲਕੁਲ ਐਬਸੋਲੂਟਲੀ ਰਾਈਟ ਸ਼ਾਬਾਸ਼ ਬਿਲਕੁਲ ਸਹੀ 8ਵੇਂ ਦੇ ਲਈ ਆਨਸਰ ਕਰੋ ਹੂੰ ਸਤਵੇਂ ਦਾ ਸਾਰਿਆਂ ਦਾ ਹੀ ਸਹੀ ਆ ਰਿਹਾ ਆਲਮੋਸਟ ਸਸ਼ੀਕਲ কিরਣ ਜੀ ਓਕੇ ਅਠਵੇਂ ਦੇ ਲਈ ਆਨਸਰ ਬੀ ਆ ਗਿਆ ਮਾਜੀ ਬਿਲਕੁਲ ਠੀਕ ਹੈ ਯਾਨੀ ਕਿ ਇਹ ਸਾਡੀ ਕਿਹੜੀ ਬੋਲੀ ਹੋਗੀ ਕੇਂਦਰੀ ਬੋਲੀ ਹੋਗੀ ਠੀਕ ਹੈ ਜੀ ਐਦਾ ਪ੍ਰਭਾਵ ਕਾਫੀ ਜ਼ਿਆਦਾ ਦੇਖਣ ਨੂੰ ਮਿਲਦਾ ਓਕੇ ਬਟ ਇਸ ਦੇ ਨਾਲ ਨਾਲ ਇਹਦੇ ਵਿੱਚ ਫਾਰਸੀ ਦੇ ਸ਼ਬਦ ਵੀ ਮਿਲਨੇ ਆ ਅਰਬੀ ਦੇ ਸ਼ਬਦ ਵੀ ਮਿਲਨੇ ਆ ਉਰਦੂ ਦੇ ਵੀ ਮਿਲਨੇ ਆ ਤੇ ਯੂਰਪੀ ਯਾਨੀ ਕਿ ਅੰਗਰੇਜ਼ੀ ਸ਼ਬਦ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤਾਂ ਇਸ ਤਰ੍ਹਾਂ ਵੈਸੇ ਓਵਰঅল ਪ੍ਰਭਾਵਤਾ ਸਾਨੂੰ ਮਾਝੀ ਕੇਂਦਰੀ ਦਾ ਹੀ ਮਿਲਦਾ ਆ ਬੋਲੀ ਦਾ ਰਾਈਟ ਬਟ ਬਾਕੀ ਵੀ ਭਾਸ਼ਾਵਾਂ ਦੇ ਸ਼ਬਦ ਇਹਨਾਂ ਨੇ ਇਹਦੇ ਵਿੱਚ ਸ਼ਾਮਿਲ ਕੀਤੇ ਆ ਨੋਵਾਂ ਪ੍ਰਸ਼ਨ ਕਿਹੜੇ ਸ਼ਬਦ ਦੀ ਵਰਤੋਂ ਕਰਨ ਵਾਲਾ ਪਹਿਲਾ ਪੰਜਾਬੀ ਜੰਗਨਾਮਾ ਲੇਖਕ ਸ਼ਾ ਮੁਹੰਮਦ ਬਨਿਆ ਮੈਨੂੰ ਚਾਰਜਿੰਗ ਲਗਾਣ ਦਿਓ ਤਦ ਤੱਕ ਤੁਸੀਂ ਆਨਸਰ ਕਰੋ ਹਾਂਜੀ ਆਨਸਰ ਕਰੋ ਪ੍ਰਸ਼ਨ ਨੰਬਰ 9 ਲਈ फारसी अरबी युरपी उर्दू प्रश्न नंबर 9 ਦੇ ਲਈ ਕੀ ਆਨਸਰ ਹੋਏਗਾ ਸ਼ਬਸ਼ ਹਾਂਜੀ ਬਿਲਕੁਲ 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 ਓ ਕਰਮਜੀਤ ਜੀ ਵੈਰੀ ਗੁੱਡ ਧੀਰੇ ਧੀਰੇ ਕਰਕੇ ਤੁਹਾਡੇ ਮੋਬਾਈਲ ਨੂੰ ਹੋ ਜਾਏਗਾ ਕਿ ਐਨੇ ਤਾਂ ਪੜ੍ਹਨਾ ਛੱਡਣਾ ਨਹੀਂ ਤਾਂ ਮੈਂ ਹੀ ਆ ਜਾਵਾਂ ਟਾਈਮ ਤੇ ਹਨਾ ਚਲੋ ਬਿਲਕੁਲ ਠੀਕ ਹੈ ਜਿਨ੍ਹਾਂ ਨੇ ਨੋਵੇਂ ਦਾ ਆਨਸਰ ਸੀ ਕੀਤਾ ਹੈ ਉਹਨਾਂ ਦਾ ਆਨਸਰ ਬਿਲਕੁਲ ਠੀਕ ਹੈ ਹੋ ਸਕਦਾ ਹੈ ਤੁਹਾਨੂੰ ਯੂਰਪੀ ਦੀ ਜਗ੍ਹਾ ਦੇ ਉੱਪਰ ਉੱਥੇ ਜਿਹੜਾ ਸ਼ਬਦ ਆ ਅੰਗਰੇਜ਼ੀ ਮਿਲੇ ਤਾਂ ਦੋਨਾਂ ਦਾ ਹੀ ਮਤਲਬ ਸੇਮ ਹੋਏਗਾ ਰਾਈਟ ਐਨਾ ਤੋਂ ਪਹਿਲਾਂ ਵੀ ਅਗਰ ਜੰਗਨਾਮੇ ਲਿਖੇ ਗਏ ਤਾਂ ਉਹਨਾਂ ਦੇ ਵਿੱਚ ਫਾਰਸੀ ਅਰਬੀ ਉਰਦੂ ਇਹ ਵਾਲੇ ਸ਼ਬਦ ਤਾਂ ਆਲਮੋਸਟ ਆ ਹੀ ਜਾਂਦੇ ਹੁੰਦੇ ਸੀਗੇ ਬਟ ਜਿਹੜੇ ਅੰਗਰੇਜ਼ੀ ਦੇ ਸ਼ਬਦ ਆ ਮਤਲਬ ਯੂਰਪੀ ਸ਼ਬਦ ਆ ਉਹ ਪਹਿਲਾ ਜੰਗਨਾਮਾ ਲਿਖਣ ਵਾਲਾ ਪੰਜਾਬੀ ਲੇਖਕ ਬਣਿਆ ਸ਼ਾ ਮੁਹੰਮਦ ਜਿਸ ਨੇ ਕੀ ਵਰਤੋਂ ਕੀਤੀ ਆਪਣੇ ਜੰਗਨਾਮੇ ਦੇ ਵਿੱਚ ਠੀਕ ਹੈ ਜੀ ਓਕੇ ਦਸਵਾਂ ਹੈ 5ਵੇਂ ਬੰਦ ਤੋਂ 49 ਬੰਦ ਤੱਕ ਕਿਹੜਾ ਵਰਣਨ ਮਿਲਦਾ ਹੈ ਇਤਿਹਾਸਿਕ ਪਿਛੋਕੜ ਐਂਗਲੋ ਸਿੱਖ ਯੁੱਧ ਮੁਦਕੀ ਦੀ ਲੜਾਈ ਸਭਰਾਉਂ ਦੀ ਲੜਾਈ 10ਵੇਂ ਪ੍ਰਸ਼ਨ ਦੇ ਲਈ ਦੱਸੋ ਕਿ ਆਨਸਰ ਹੋਏਗਾ 5th ਤੋਂ 49th ਬੰਦ ਤੱਕ ਜਾਂਦੇ ਜਾਂਦੇ ਕਿਹੜਾ ਵਰਣਨ ਮਿਲੇਗਾ ਹਾਂ ਹਾਂਜੀ ਹਾਂਜੀ ਬਿਲਕੁਲ 10ਵੀਂ ਦੇ ਲਈ ਇਹ ਆ ਨਾ ਇਤਿਹਾਸਿਕ ਪਿਛੋਕੜ ਠੀਕ ਹੈ ਐਂ ਦੇ ਵਿੱਚ ਆਪਾਂ ਬਿਲਕੁਲ ਕਨਫਿਊਜ਼ ਨਹੀਂ ਹੋਣਾ ਜਿਵੇਂ ਕਿ ਮੈਂ ਤੁਹਾਨੂੰ ਦੱਸਦੀਆਂ ਦੇਖੋ ਜਿਹੜਾ ਤਾਂ 5ਵੇਂ ਤੋਂ ਲੈ ਕੇ 49 ਨੰਬਰ ਤੱਕ ਦਾ ਬੰਦ ਹੈ ਉਹਦੇ ਵਿੱਚ ਪਹਿਲਾਂ ਇਤਿਹਾਸਿਕ ਪਿਛੋਕੜ ਹੀ ਦਿਖਾਉਂਦੇ ਆ ਇਹ ਲੜਾਈਆਂ ਕਿਉਂ ਸ਼ੁਰੂ ਹੋਈਆਂ ਕਿਵੇਂ ਹੋਈਆਂ ਅੰਗਰੇਜ਼ ਕਿਸ ਤਰ੍ਹਾਂ ਆਏ ਸਾਡੇ ਇੱਥੇ ਪਹਿਲਾਂ Hindu Muslim ਕਿਵੇਂ ਰਹਿੰਦੇ ਸੀ ਬਲਾ 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 ਠੀਕ ਹੈ ਤਾਂ ਇਹ ਆ ਜਾਏਗਾ 5ਵੇਂ ਤੋਂ 49 ਦੇ ਵਿੱਚ ਜਿਹੜੀ ਅਸੀਂ ਗੱਲ ਕਰਦੇ ਹਾਂ ਨਾ ਐਂਗਲੋ ਸਿੱਖ ਯੁੱਧ ਦੀ ਉਹਦਾ ਵਰਣਨ ਤੁਹਾਨੂੰ ਮਿਲੇਗਾ 95 ਤੋਂ ਲੈ ਕੇ ਤੇ 99 ਬੰਦ ਦੇ ਵਿੱਚ ਵਿੱਚ ਇਹ ਇੰਪੋਰਟੈਂਟ ਹੈ ਠੀਕ ਹੈ ਤੇ ਇੱਕ ਹੋਰ ਬੰਦ ਸਾਡੇ ਲਈ ਇੰਪੋਰਟੈਂਟ ਰਹੇਗਾ ਉਹ ਹੈਗਾ 102 ਨੰਬਰ ਦਾ ਬੰਦ ਠੀਕ ਹੈ ਉਹਦੇ ਵਿੱਚ ਇਹਨਾਂ ਨੇ ਰਾਣੀ ਜਿੰਦਾ ਨੂੰ ਲਾਨਤਾ ਪਾਈਆਂ ਆ ਕਿਉਂਕਿ ਉਹਨੇ ਚਿੱਠੀ ਪਾ ਕੇ ਬੁਲਾਇਆ ਸੀ ਹਨਾ ਔਰ ਉਸ ਤੋਂ ਬਾਅਦ ਹੀ ਫਿਰ ਇਹ ਯੁੱਧ ਹੋਇਆ ਸੀ ਆਦਰਵਾਇਜ਼ ਤਾਂ ਸ਼ਾਇਦ ਉਦੋਂ ਤੱਕ ਵੀ ਫਿਰ ਸਿੱਖਾਂ ਦਾ ਹੀ ਰਾਜ ਰਹਿੰਦਾ ਓਕੇ ਤਾਂ ਇਸ ਲਈ ਫਿਰ ਰਾਣੀ ਜਿੰਦਾ ਨਾਲੇ ਬਹੁਤ ਨਰਾਜ਼ ਸੀਗੇ ਇਸ ਲਈ ਉਹਨਾਂ ਨੇ ਉਹਨੂੰ ਲਾਨਤਾ ਪਾਈਆਂ ਆ ਓਕੇ राइट right. आगे चलते हैं 11वां शाह मोहम्मद सिक्खां दी हार ਦਾ ਕਾਰਨ ਕਿਸ ਨੂੰ ਮੰਨਦਾ ਹੈ ਮਹਾਰਾਜਾ ਰਣਜੀਤ ਸਿੰਘ ਦੀ ਅਨਹੋਂਦ ਤੇਜਾ ਸਿੰਘ ਦੀ ਗਦਦਾਰੀ ਲਾਲ ਸਿੰਘ ਦੀ ਗਦਦਾਰੀ ਕਿਸਮਤ 11ਵੇਂ ਪ੍ਰਸ਼ਨ ਦਾ ਲਈ ਉੱਤਰ ਕੀ ਆਣਾ ਹੈ ਜੀ ਦੱਸੋ ਬਿਲਕੁਲ ਪੱਟੀ ਜੀ ਬਹੁਤ ਅੱਛਾ ਬਿਲਕੁਲ ਸਹੀ ਹਾਂਜੀ 11ਵੇਂ ਦੇ ਲਈ ਕੀ ਆਨਸਰ ਹੋਣਾ ਹੈ ਵੈਰੀ ਗੁੱਡ ਬਿਲਕੁਲ ਠੀਕ ਹੈ ਇਹ ਹੋ ਜਾਊਗਾ ਮਹਾਰਾਜਾ ਰਣਜੀਤ ਸਿੰਘ ਦੀ ਅਨਹੋਦ ਵੈਸੇ ਤਾਂ ਤੁਸੀਂ ਬਾਕੀ ਦੋ ਵੀ ਦੇਖੋਗੇ ਨਾ ਤੇਜਾ ਸਿੰਘ ਨੇ ਵੀ ਗੱਦਾਰੀ ਕੀਤੀ ਸੀ ਲਾਲ ਸਿੰਘ ਨੇ ਵੀ ਗੱਦਾਰੀ ਕੀਤੀ ਸੀ ਜਿਸ ਦੇ ਕਰਕੇ ਜਿਹੜੇ ਸਿੱਖਿਆ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ ਠੀਕ ਹੈ ਬਟ ਇੱਥੇ ਤੁਸੀਂ ਯਾਦ ਰੱਖਣਾ ਅਸੀਂ ਪੁੱਛ ਰਿਆਂ ਕਿ ਸ਼ਾਹ ਮੁਹੰਮਦ ਕੀ ਮੰਨਦਾ ਹੈ ਕਿ ਹਾਰ ਦਾ ਕਾਰਨ ਕੀ ਹੈ ਤਾਂ ਉੱਥੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਹੋਂ ਅਣਹੋਂ ਦੀ ਲਗਾਵਾਂਗੇ ਕਿਉਂਕਿ ਉਹ ਕੀ ਬੋਲਦੇ ਆ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜੋ ਖਾਲਸੇ ਤੇਗਾ ਮਾਰੀਆਂ ਨੇ ਸ਼ਾ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਤਾਂ ਇਹ ਜਿਹੜਾ ਸਰਕਾਰ ਹੈ ਨਾ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ ਦੇ ਵਿੱਚ ਇਹਨਾਂ ਨੇ ਸ਼ਬਦ ਯੂਜ਼ ਕੀਤਾ ਹੈ ਠੀਕ ਹੈ 12ਵਾਂ ਹੈ ਜੰਗਨਾਮੇ ਵਿੱਚ ਇਹ ਕਿਹੜਾ ਜੰਗਨਾਮਾ ਸ਼ਾ ਮੁਹੰਮਦ ਦਾ ਉਹਦੇ ਵਿੱਚ ਸਭ ਤੋਂ ਪਹਿਲਾਂ ਕਿਸ ਦਾ ਕਤਲ ਦਿਖਾਇਆ ਗਿਆ ਹੈ ਸ਼ਾਮ ਸਿੰਘ ਟਾਰੀ ਵਾਲਾ ਲਾਲ ਸਿੰਘ ਤੇਜਾ ਸਿੰਘ ਚੇਤ ਸਿੰਘ ਪ੍ਰਸ਼ਨ ਨੰਬਰ 12 ਆਨਸਰ ਕਰੋ ਕੀ ਹੋਗਾ ਜੇ ਤੁਹਾਡੇ ਵਿੱਚ ਹੀ ਇਦਾਂ ਪਰਸਨ ਬੈਠੇ ਹੋਣ ਹਨਾ ਜਿਹੜੇ ਕਿ ਤੁਹਾਡੇ ਪਿੱਠ ਪਿੱਛੇ ਛੁਰਾ ਭੋਂਗਦੇ ਆ ਤਾਂ ਫੇਰ ਤਾਂ ਸਮਝ ਲਓ ਵੀ ਇਹੋ ਜੇ ਨਾਲੋਂ ਤਾਂ ਬੈਟਰ ਹੁੰਦਾ ਹੈ ਕਿ ਆਪਾਂ ਖੁਦ ਦੇ ਵਿੱਚ ਰਹੀਏ ਹਨਾ ਇਦਾਂ ਦੇ ਫਰੈਂਡਸ ਵੀ ਨਹੀਂ ਚਾਹੀਦੇ ਹੁੰਦੇ ਫੇਰ ਤਾਂ ਵੱਡੀਆਂ-ਵੱਡੀਆਂ ਚੀਜ਼ਾਂ 'ਚ ਵੀ ਹਾਰ ਹੋ ਜਾਂਦੀ ਆ ਬਿਲਕੁਲ ਇਹ ਹੈਗੇ ਆ ਚੇਤ ਸਿੰਘ ਠੀਕ ਹੈ ਜਿਨ੍ਹਾਂ ਦਾ ਕਿ ਸਭ ਤੋਂ ਪਹਿਲਾਂ ਕਤਲ ਦਿਖਾਇਆ ਗਿਆ ਸੀ ਓਕੇ ਇਹਨਦੇ ਤੋਂ ਬਿਨਾ ਜਿਹੜੇ ਇੱਥੇ ਸ਼ਾਮ ਸਿੰਘ ạtਾਰੀ ਵਾਲਾ ਹੈ ਤੁਹਾਨੂੰ ਪਤਾ ਹੈ ਇਹ ਸਿੱਖਾਂ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪਰਸਨ ਸੀਗੇ ਰਾਈਟ ਤਾਂ ਸ਼ਾਮ ਸਿੰਘ ạtਾਰੀ ਵਾਲਾ ਇਹਨਾਂ ਦੀ ਜਿਹੜੀ ਡੈਥ ਹੁੰਦੀ ਹੈ ਉਹ ਸਭਰਾਵਾਂ ਦੀ ਲੜਾਈ ਦੇ ਵਿੱਚ ਹੋਈ ਸੀ ਠੀਕ ਹੈ ਇਹ ਵੀ ਤੁਸੀਂ ਨਾਲ ਦੇ ਨਾਲ ਯਾਦ ਰੱਖ ਲੈਣਾ ਅੱਗੇ 13ਵਾਂ ਹੈ ਸ਼ਾ ਮੁਹੰਮਦ ਨੇ ਲਾਰਡ ਹੈਂਡਰੀ ਹਾਰਡਿੰਗ ਦੇ ਲਈ ਕਿਹੜਾ ਸ਼ਬਦ ਵਰਤਿਆ ਸਰਕਾਰ ਟੁੰਡੀ ਲਾਟ ਕਾਲਾ ਪਾਣੀ ਤੀਸਰੀ ਜਾਤ ਆਨਸਰ ਕਰੋ ਜੀ ਪ੍ਰਸ਼ਨ ਨੰਬਰ 13 ਦੇ ਲਈ ਕੀ ਆਨਸਰ ਹੋਏਗਾ ਦੇਖੋ ਬੱਚਾ ਸਿੱਧਾ ਪ੍ਰਸ਼ਨ ਉੱਤਰ ਮੈਂ ਵੀ ਕਰਵਾ ਸਕਦੀ ਹਾਂ ਨਾ ਪ੍ਰਸ਼ਨ ਬੋਲਿਆ ਤੁਸੀਂ ਉੱਤਰ ਦੇਤਾ ਚਲੋ ਜੀ ਅਗਲੇ ਪ੍ਰਸ਼ਨ ਤੇ ਚਲੋ ਜੀ ਅਗਲੇ ਪ੍ਰਸ਼ਨ ਤੇ ਬਟ ਮੈਨੂੰ ਹੁੰਦਾ ਕਿ ਤੁਹਾਨੂੰ ਤੇ ਨਾ ਕਨਸੈਪਟ ਕਲੀਅਰ ਹੋਣੇ ਬਹੁਤ ਜ਼ਰੂਰੀ ਹੈ ਅਗਰ ਫੇਰ ਵੀ ਤੁਹਾਨੂੰ ਲੱਗਦਾ ਹੈ ਕਿ ਨਹੀਂ ਜੀ ਲਾਈਕ ਕਰਨ ਦੇ ਲਈ ਵਰਤ ਨਹੀਂ ਹੈ ਫਿਰ ਕੋਈ ਇਸ਼ੂ ਨਹੀਂ ਹੈ ਸੌਰੀ ਬਿਲਕੁਲ 13ਵੇਂ ਦੇ ਲਈ ਆ ਜਾਏਗਾ ਟੁੰਡੀਲਾਟ ਹੈ ਨਾ ਬਿਲਕੁਲ ਸਹੀ ਹੈ ਗਿਆ ਸਰਕਾਰ ਕਿੰਨਾਂ ਲਈ ਵਰਤਿਆ ਮਹਾਰਾਜਾ ਰਣਜੀਤ ਸਿੰਘ ਲਈ ਟੁੰਡੀਲਾਟ ਕਿੰਨਾਂ ਦੇ ਲਈ ਵਰਤਿਆ ਆ ਹਾਰਡਿੰਗ ਦੇ ਲਈ ਤੀਸਰੀ ਜਾਤ ਕਿੰਨਾਂ ਲਈ ਵਰਤਿਆ ਆ ਅੰਗਰੇਜ਼ਾਂ ਦੇ ਲਈ ਓਵਰਆਲ ਠੀਕ ਹੈ ਤਾਂ ਇਦਾਂ ਆਪਾਂ ਯਾਦ ਰੱਖ ਲਾਂਗੇ ਕਿ ਇਹਨਾਂ ਨੇ ਟੁੰਡੀ ਲਾਟ ਵਰਤਿਆ ਹਾਰਡਿੰਗ ਲਈ 14ਵਾਂ ਹੈ ਕਿਸ ਦੇ ਅਨੁਸਾਰ ਦੀਵਾਨ ਸਿੰਘ ਕਾਲੇ ਪਾਣੀ ਦਾ ਜੰਗਨਾਮਾ ਕਿੱਸਾ ਹੈ ਵੈਰੀ ਇੰਪੋਰਟੈਂਟ ਸਤਿੰਦਰ ਸਿੰਘ ਨੂਰ ਦੀਵਾਨ ਸਿੰਘ ਕਾਲੇ ਪਾਣੀ ਜੀਤ ਸਿੰਘ ਸੀਤਲ ਪ੍ਰੋਫੈਸਰ ਪੂਰਨ ਸਿੰਘ 14ਵੇਂ ਪ੍ਰਸ਼ਨ ਦੇ ਲਈ ਕੀ ਆਨਸਰ ਹੋਏਗਾ ਵੈਰੀ ਗੁੱਡ ਇਹ ਹੋ ਜਾਣਗੇ ਦੀਵਾਨ ਸਿੰਘ ਕਾਲੇ ਪਾਣੀ ਠੀਕ ਹੈ ਬਿਲਕੁਲ ਸਹੀ ਉੱਤਰ ਹੈ ਤਾਂ ਉਲਟਾ ਵੀ ਪੁੱਛਿਆ ਜਾ ਸਕਦਾ ਹੈ ਕਿ ਕਾਲੇ ਪਾਣੀ ਦੇ ਅਨੁਸਾਰ ਸ਼ਾ ਮੁਹੰਮਦ ਦਾ ਜੰਗਨਾਮਾ ਕੀ ਹੈ ਤਾਂ ਉਹ ਇਹਨੂੰ ਕੀ ਮੰਨਦੇ ਆ ਕਿੱਸਾ ਮੰਨਦੇ ਨੇ ਠੀਕ ਹੈ ਵੈਸੇ ਦੇਖੋ ਜ਼ਿਆਦਾਤਰ ਜਿਹੜੇ ਸਾਇਤਕਰ ਹੈ ਉਹ ਕੀ ਕਹਿੰਦੇ ਆ ਕਿ ਜਿਹੜਾ ਇਹ ਸ਼ਾ ਮੁਹੰਮਦ ਦਾ ਜੰਗਨਾਮਾ ਨਾ ਇਹ ਹੈਗੀ ਹੈ ਮਿਸ਼ਰਤ ਜੀ ਰਚਨਾ ਉਹ ਕਹਿੰਦੇ ਆ ਕਿ ਐ ਦੇ ਵਿੱਚ ਤੁਹਾਨੂੰ ਵਾਰ ਵੀ ਮਿਲ ਜਾਣੀ ਆ ਠੀਕ ਹੈ ਯਾਨੀ ਵਾਰ ਦੇ ਲੱਛਣ ਵੀ ਮਿਲ ਜਾਣਗੇ ਜੰਗਨਾਮੇ ਦੇ ਲੱਛਣ ਵੀ ਮਿਲ ਜਾਣਗੇ ਤਾਂ ਨਾ ਦੋਨਾਂ ਨੂੰ ਮਿਲਾ ਕੇ ਤਾਂ ਆਪਾਂ ਇਹ ਮੰਨਾਂਗੇ ਕਿ ਮਿਸ਼ਰੀ ਜੀ ਰਚਨਾ ਹੈਗੀ ਆ ਠੀਕ ਹੈ ਤਾਂ ਇਸ ਕਰਕੇ ਉਹ ਕੀ ਕਹਿੰਦੇ ਆ ਕਿ ਜੰਗਨਾਮਾ ਤੇ ਅੱਛਾ ਉਹਦੇ ਨਾਲ ਦੀਵਾਨ ਸਿੰਘ ਕਾਲੇਪਾਨੀ ਨੇ ਕਿੱਸਾ ਵੀ ਬੋਲਤਾ ਤਾਂ ਇਸ ਤਰ੍ਹਾਂ ਸਾਰੇ ਵਿਦਵਾਨ ਇੱਕ ਹੀ ਮਤ ਦੇ ਨਾਲ ਸਹਿਮਤ ਨਹੀਂ ਹੈਗੇ ਕਿ ਅਗਰ ਆਪਾਂ ਇਹਨੂੰ ਜੰਗਨਾਮਾ ਕਹ ਰਹੇ ਤਾਂ ਜੰਗਨਾਮਾ ਹੀ ਹੈ ਕਹਿੰਦੇ ਜੰਗਨਾਮਾ ਵੀ ਇਹਦੇ ਵਿੱਚ ਹੈ ਬਾਹਰ ਵੀ ਇਹਦੇ ਵਿੱਚ ਹੈ ਕਿੱਸਾ ਵੀ ਇਹਦੇ ਵਿੱਚ ਹੈ ਠੀਕ ਹੈ ਜੀ ਓਕੇ ਤਾਂ ਇੱਥੇ ਹੋ ਗਿਆ ਜੀ ਅੱਜ ਦਾ ਸੈਸ਼ਨ ਓਵਰ ਆਈ ਹੋਪ ਕਿ ਤੁਹਾਨੂੰ ਸੈਸ਼ਨ ਪਸੰਦ ਵੀ ਆ ਗਿਆ ਹੋਣਾ ਆ ਤੇ ਸਮਝ ਵੀ ਆ ਗਈ ਹੋएगी ओके थैंक यू सो मच किरण जी ता हुन आपा कल मिलंगे ਤੁਹਾਡੇ ਅਗਲੇ ਰਾਈਟਰ ਦੇ ਨਾਲ ਜਿਹੜੇ ਵੀ ਲਾਈਕੇ ਦੇ ਵਿੱਚ ਹੋਣਗੇ ਆ ਈਟੀਟੀ ਦੇ ਵਿੱਚ রাইਟ ਅਗਰ ਤੁਹਾਨੂੰ ਪਤਾ ਹੈ ਕਿ ਈਟੀਟੀ ਦੇ ਵਿੱਚ ਅਗਲਾ ਰਾਈਟਰ ਕੌਣ ਹੈ ਤਾਂ ਪਲੀਜ਼ ਦੱਸ ਦੋ ਆਦਰਵਾਇਜ਼ ਮੈਂ ਚੈੱਕ ਕਰ ਰਹੀ ਹਾਂ ਮੈਂ ਤੁਹਾਨੂੰ ਹੁਣੇ ਦੱਸ ਦਿਆਂ ਕਿ ਕੱਲ ਦਾ ਆਪਣਾ ਟੌਪਿਕ ਕਿਹੜਾ ਰਹੇਗਾ ਓਕੇ ਵੇਟ ਅ ਮਿੰਟ ਅੱਜ ਅਸੀਂ ਕੀਤਾ ਸ਼ਾ ਮੁਹੰਮਦ ਹੈਨਾ ਓਕੇ आधुनिक काव्य ਤਾਂ ਪਹਿਲਾਂ ਹੀ ਕਵਰ ਕਰ ਚੁੱਕੇ ਆਂ ਸੂਫੀ ਕਾਵਿ ਆਪਣਾ ਹੋ ਚੁੱਕਿਆ ਗੁਰਮਤ ਵੀ ਐਦਾ ਮਤਲਬ ईटीटी ਦਾ ਆਪਣਾ ਸਿਲੇਬਸ ਜਿਹੜਾ ਹੈਗਾ ਨਾ ਆਲਮੋਸਟ ਡਨ ਹੈਗਾ ਗ੍ਰਾਮਰ ਰਹਿ ਗਿਆ ਆਈ نو ਥੈਟ ਬਟ ਅਦਰਵਾਈਜ਼ ਗੁਰਮਤ ਕਾਵ ਆਪਣਾ ਪੂਰਾ ਹੋ ਚੁੱਕਿਆ ਕੁਝ ਵੀ ਨਹੀਂ ਰੰਦਾ ਇਹਦੇ ਵਿੱਚੋਂ ਸੂਫੀ ਕਾਵਿ ਆਪਣਾ ਬਿਲਕੁਲ ਕੰਪਲੀਟ ਹੋ ਚੁੱਕਿਆ ਹੈ ਕਿੱਸਾ ਕਾਵਿ ਕੰਪਲੀਟ ਹੋ ਚੁੱਕਿਆ ਹੈ ਤੇ ਬੀਰ ਕਾਵ ਅੱਜ ਕੰਪਲੀਟ ਹੋ ਗਿਆ ਹੈ ਨਾ ਆਧੁਨਿਕ ਕਾਵ ਦੇ ਵਿੱਚ ਅਮ ਅਧੁਨਿਕ ਕਾਵਿ ਕੰਪਲੀਟ ਹੈ ਯੈਸ ਇਹ ਵੀ ਕੰਪਲੀਟ ਹੈ ਹਾਂ ਤੁਹਾਡੇ ਵਾਰਤਕ ਦੇ ਵਿੱਚ ਨਾ ਇੱਕ ਤਾਂ ਹਰਪਾਲ ਸਿੰਘ ਪੁੰਨੂ ਰਹਿ ਗਿਆ ਔਰ ਬਸ ਦੈਟਸ ਇਟ ਅੱਛਾ ਵਾਰਤਕ ਆਪਣਾ ਰਹਿੰਦਾ ਹੈ ਹਨਾ ਚਲੋ ਆਪਾਂ ਇਹਦਾ ਕਰਾਂਗੇ ਅਮ ਵਾਰਤਕ ਦੇ ਵਿੱਚ ਕੱਲ ਕਰਾਂਗੇ ਪ੍ਰਿੰਸੀਪਲ ਤੇਜਾ ਸਿੰਘ ਓਕੇ ਹਾਂਜੀ ਕੱਲ ਦਾ ਤੁਹਾਡਾ ਟੌਪਿਕ ਰਹੇਗਾ ਪ੍ਰਿੰਸੀਪਲ ਤੇਜਾ ਸਿੰਘ 올 ਰਾਈਟ ਡਨ ਤਾਂ ਕੱਲ ਤੁਸੀਂ ਪ੍ਰਿੰਸੀਪਲ ਤੇਜਾ ਸਿੰਘ ਨੂੰ ਕੰਪਲੀਟ ਕਰਕੇ ਆਓਗੇ ਕਿਉਂਕਿ ਤੁਹਾਡੇ ਪਹਿਲੇ ਵਾਰ ਤੱਕ ਕਰ ਇਹੀ ਬੋਲੇ ਗਏ ਨੇ ਉਸ ਤੋਂ ਬਾਅਦ ਫਿਰ ਅਲੇ ਕਹਾਣੀਆਂ ਔਰ ਇਕਾਂਗੀਆਂ ਵੀ ਚੱਲਣਗੀਆਂ ਬਿਲਕੁਲ ਬਿਲਕੁਲ ਠੀਕ ਹੈ ਤਾਂ ਆਪਾਂ ਕੱਲ ਸ਼ੁਰੂ ਕਰਾਂਗੇ ਪ੍ਰਿੰਸੀਪਲ ਤੇਜਾ ਸਿੰਘ ਜੀ ਨੂੰ ਥੈਂਕ ਯੂ ਸੋ ਮੱਚ ਹੈਵ ਅ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ ਹਾਂਜੀ ਬਿਲਕੁਲ ਪਲੇਲਿਸਟ ਹੈਗੀ ਆ ਬਿਲਕੁਲ ਪਲੇਲਿਸਟ ਹੈਗੀ ਆ ਓਕੇ